ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8ਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ 18ਵਾਂ ਭਾਗ ਦਸਮ ਦਵਾਰ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਪੁਸਤਕਮਾਲਾ ਦਾ 812 ਸਫਿਆਂ ਦਾ ਪਹਿਲਾ ਭਾਗ 1995 ਵਿੱਚ ਛਪਿਆ ਦਾਸ ਦੇ ਮਨ ਵਿੱਚ ਬੜਾ ਤੌਖਲਾ ਰਹਿੰਦਾ ਸੀ ਕਿ ਮੇਰੇ ਜੈ ਅਲੜ ਅਤੇ ਗੁਰਮਤ ਤੋਂ ਅਗਿਆਨੀ ਲਖਾਰੀ ਦੇ ਹੱਥੋਂ ਲਿਖੀ ਇਹ ਪਹਿਲੀ ਪੁਸਤਕ ਗੁਰੂਪੰਥ ਵਿੱਚ ਪਸੰਦ ਵੀ ਕੀਤੀ ਜਾਂਦੀ ਹੈ ਕਿ ਨਹੀਂ ਪਰ ਇਹ ਬੇਚਾਨੀ ਉਸ ਦਿਨ ਮਨੋਂ ਖੰਭ ਲਾ ਕੇ ਉੱਡ ਗਈ ਜਦ ਫਰਵਰੀ 1997 ਵਿੱਚ ਦੁਬਈ ਦੇਖ ਦੀ ਸੰਗਤ ਨੇ ਗੁਰਮਤ ਵਿਚਾਰਾਂ ਸੁਣਨ ਲਈ ਦਾਸ ਨੂੰ ਦੁਬਈ ਪੁੱਜਣ ਲਈ ਹਵਾਈ ਜਹਾਜ਼ ਦੀ ਟਿਕਟ ਭੇਜ ਦਿੱਤੀ ਸਕੂਲੀ ਪੜ੍ਹਾਈ ਉਪਰੰਤ 1947 ਤੋਂ 1980 ਤੱਕ ਜ਼ਿੰਦਗੀ ਦੇ ਚੰਗੇ ਹਿੱਸੇ ਦੇ 37 ਸਾਲ ਪੁਲਿਸ ਮਹਿਕਮੇ ਵਿੱਚ ਗੁਜ਼ਾਰਨ ਵਾਲਾ ਇਹ ਦਾਸਰਾ ਗੁਰੂ ਦਰਬਾਰ ਦੀ ਸਟੇਜ ਤੋਂ ਬੋਲਣਾ ਕੀ ਜਾਣੇ ਫਿਰ ਵੀ ਗੁਰਮukh ਪਿਆਰੇ ਭਾਈ ਸਾਹਿਬ ਗੁਰਨੇਕ ਦੀਪ ਸਿੰਘ ਪ੍ਰਭਜੀਤ ਸਿੰਘ ਅਤੇ ਮਨਮੋਹਨ ਸਿੰਘ ਜੀ ਆਦਿ ਦੀ ਕਿਰਪਾ ਦਾ ਸਦਕਾ ਦਾਸ ਨੇ ਉਸ ਥਾਂ ਦੇ ਤਿੰਨ ਗੁਰੂ ਦਰਬਾਰਾਂ ਵਿੱਚ ਹਾਜ਼ਰੀ ਭਰੀ ਸਕੂਲੀ ਪੜ੍ਹਾਈ ਦੇ ਸਮੇਂ ਤੋਂ ਹੀ ਨੌ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਪਾਵਨ ਪੰਕਤੀ ਵਿਚਲੇ ਗੁਪਤ ਦੁਆਰੇ ਦੀ ਬੜੀ ਚਰਚਾ ਅਤੇ ਮਹਿਮਾ ਸੁਣਦੇ ਆ ਰਹੇ ਸਾਂ ਪ੍ਰਚਾਰਕ ਕਥਾਕਾਰ ਰਾਗੀ ਖਾਸ ਕਰਕੇ ਲਗਭਗ ਸਾਰੇ ਦੇ ਸਾਰੇ ਡੇਰੇਦਾਰ ਸਾਥ ਬਾਬਿਆਂ ਰੂਪੀ ਧਾਰਮਿਕ ਆਗੂ ਇਹੀ ਦੱਸਿਆ ਕਰਦੇ ਸਨ ਕਿ ਦਸਵਾਂ ਗੁਪਤ ਦੁਆਰਾ ਖੁੱਲ ਜਾਣ ਦਾ ਅਰਥ ਤ੍ਰੇਕਾਲ ਦਰਸ਼ੀ ਹੋ ਜਾਣਾ ਹੁੰਦਾ ਹੈ। ਪ੍ਰਾਣਿਕ ਸਮਿਆਂ ਦੇ ਵੱਡੇ ਵੱਡੇ ਜਪੀ ਤਪੀ ਰਿਸ਼ੀਆਂ ਨੂੰ ਦਸ਼ਮ ਦੁਆਰਾ ਖੁੱਲਣ ਵਾਲੀ ਅਵਸਥਾ ਦੀ ਹੀ ਤਾਂ ਪ੍ਰਾਪਤੀ ਸੀ ਜਿਸ ਕਰਕੇ ਉਹ ਭੂਤ ਭਵੇਖ ਦੇ ਗਿਆਤਾ ਅਤੇ ਲੋਟ ਨੀਤੀ ਗ੍ਰਹੀ ਬ੍ਰਾਹਮਣੀ ਕਲਪਨਾ ਦੀ ਉਪਜ ਗੋਲੋਕ ਬ੍ਰਹਮ ਲੋਕ ਸ਼ਿਵਪੁਰੀ ਇੰਦਰਪੁਰੀ ਸੁਰਗ ਲੋਕ ਆਦ ਅਸਮਾਨੀ ਦੇਸਾਂ ਵਿੱਚ ਮਰਜ਼ੀ ਨਾਲ ਜਾ ਸਕਣ ਵਾਲੇ ਕਰਾਮਾਤੀ ਸਿੱਧ ਪੁਰਸ਼ ਹੋ ਗੁਜ਼ਰੇ ਹਨ ਇਹ ਵੀ ਸੁਣਦੇ ਆ ਰਹੇ ਹਾਂ ਕਿ ਸਿੱਖ ਜਗਤ 'ਚ ਹੋਏ ਮਸਤੂਆਣੇ ਦੇ ਸੰਤ ਬਾਬਾ ਅਤਰ ਸਿੰਘ ਜੀ ਦਾ ਨਾਨਕਸਰੀਏ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਦਾ अथवा ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਵਾਲੇ ਮਹਾਂਪੁਰਖਾਂ ਦਾ ਗੁਪਤ ਦਸਮ ਦਵਾਰ ਖੁੱਲਾ ਹੋਣ ਦੇ ਹੀ ਕਾਰਨ ਉਹ ਤ੍ਰੈਕਾਲ ਦਰਸ਼ੀ ਸਨ ਪਟਵਾਰੀ ਤੋਂ ਬਣੇ ਸੰਤ ਸੇਵਾ ਸਿੰਘ ਜੀ ਨੇ ਗੜਤੀ ਵਾਲੇ ਦੇ ਸੰਤ ਬਾਬਾ ਹਰਨਾਮ ਸਿੰਘ ਦੀ ਜੀਵਨ ਕਥਾ ਲਿਖੀ ਹੈ ਉਸ ਪੁਸਤਕ ਦਾ ਨਾਮ ਉਹਨਾਂ ਨੇ ਇਹ ਕਨੇਹਾ ਰੱਖਿਆ ਹੈ ਉਸ ਪੁਸਤਕ ਵਿੱਚ ਕਈ ਥਾਈਂ ਲਿਖਿਆ ਹੈ ਕਿ ਸੰਤ ਜੀ ਜਦੋਂ ਵੀ ਚਾਹੁੰਦੇ ਸਨ ਉਹਨਾਂ ਨੂੰ ਦਸਾਂ ਸਤਗੁਰਾਂ ਦੇ ਨਾਲ ਪੰਜ ਪਿਆਰਿਆਂ ਦੇ ਅਤੇ ਹੋਰ ਸ਼ਹੀਦਾ ਮੁਰੀਦਾਂ ਦੇ ਕੇਵਲ ਦਰਸ਼ਨ ਹੀ ਨਹੀਂ ਸਨ ਹੋਇਆ ਕਰਦੇ ਸਗੋਂ ਉਹ ਤਾਂ ਸਤਗੁਰਾਂ ਦੇ ਨਾਲ ਪੰਜ ਪਿਆਰਿਆਂ ਦੇ ਨਾਲ ਕਈ ਪ੍ਰਕਾਰ ਦੇ ਸਲਾਹ مشਵਰੇ ਕਰਕੇ ਉਹਨਾਂ ਤੋਂ ਲੋੜੀਂਦੀਆਂ ਸੇਧਾਂ ਵੀ ਪ੍ਰਾਪਤ ਕਰ ਲਿਆ ਕਰਦੇ ਸਨ ਹਰ ਕੋਈ ਇਹੀ ਦੱਸਦਾ ਸੀ ਕਿ ਦਸਮਾ ਦੁਆਰਾ ਕੋਈ ਦਰਵਾਜ਼ਾ ਜਾਂ ਬੂਹਾ ਨਹੀਂ ਹੈ ਜੋ ਪਰਮਾਤਮਾ ਨੇ ਆਪਣੇ ਭਗਤਾਂ ਲਈ ਲੁਕਾ ਕੇ ਭਾਪ ਗੁਪਤ ਰੱਖ ਲਿਆ ਸੀ ਇਹ ਬ੍ਰਹਮ ਗਿਆਨਤਾ ਤੋਲ ਹੀ ਉੱਚੀ ਆਤਮਕ ਅਵਸਥਾ ਹੈ ਜੋ بڑے ਹਠੀ ਜੱਪੀ ਤੱਪੀ ਮਾਪੁਰਖਾਂ ਦੇ ਹੀ ਹਿੱਸੇ ਦਾ ਪਦਾਰਥ ਹੈ ਅਜਹੀਆਂ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਤੋਂ ਦਾਸ ਦੇ ਮਨ ਵਿੱਚ ਇਹ ਭਰਮ ਬਣ ਚੁੱਕਾ ਸੀ ਕਿ ਪ੍ਰਮਾਤਮਾ ਦੇ ਦਰਸ਼ਨ ਕੇਵਲ ਦਸਵੇਂ ਦੁਆਰੇ ਰਾਹੀਂ ਹੀ ਹੋ ਸਕਦੇ ਹਨ ਅਤੇ ਇਹ ਪਦਵੀ ਕਿਰਤੀ ਗ੍ਰਸਤੀਆਂ ਦੇ ਭਾਗਾਂ ਵਿੱਚ ਹੋਣੀ ਬੜੀ ਕਠਨ ਸਮੱਸਿਆ ਹੈ ਕਈ ਵਾਰੀ ਤਾਂ ਅਜਿਹੇ ਭਾਣੇ ਵੀ ਵਰਤਦੇ ਦੇਖੇ ਜਦ ਚੰਗੇ ਭਲੇ ਵਿਦਵਾਨ ਰਾਗੀ ਕਥਾਕਾਰ ਸਿੰਘ ਜੀ ਕੋਲੋਂ ਕਿਸੇ ਡੇਰੇਦਾਰ ਸਾਧੂ ਮਹਾਂਪੁਰਖਾਂ ਦੇ ਚੇਲੇ ਨੇ ਇਉਂ ਆ ਪੁੱਛਿਆ ਕੀ ਤੁਹਾਡਾ ਦਸਮ ਦੁਆਰ ਖੁੱਲਾ ਹੈ ਜਾਂ ਕੀ ਤੁਸੀਂ ਗੁਪਤ ਦਸਮ ਦੁਆਰੇ ਬਾਰੇ ਕੁਝ ਸਮਝਾ ਸਕਦੇ ਹੋ ਜੀ ਗੁਰਮਤ ਦੇ ਲਗਭਗ ਸਾਰੇ ਕਥਾਕਾਰ ਰਾਗੀ ਵਿਦਵਾਨਾਂ ਨੂੰ ਅਜਿਹੇ ਸਵਾਲਾਂ ਤੋਂ ਨਿਰ ਉੱਤਰ ਰਹ ਜਾਣ ਦੀ ਨਮੋਸ਼ੀ ਚੱਲਣੀ ਪੈਂਦੀ ਰਹੀ ਉਹ ਦਿਨ ਦਾਸ ਨੂੰ ਕੱਲ ਵਾਂਗ ਯਾਦ ਹੈ ਜਦ ਦੁਬਈ ਵੇਖੇ ਦੀਵਾਨ ਦੀ ਸਮਾਪਤੀ ਉਪਰੰਤ ਸਰਦਾਰ ਉਜਾਗਰ ਸਿੰਘ ਜੀ ਅਜਿਨੀਅਰ ਉਥੋਂ ਦਾ ਇੱਕ ਅਲੋਕਾਰ ਪਾਰਕ ਵਿਖਾਉਣ ਲਈ ਆਪਣੀ ਡਾਕਟਰ ਬੇਟੀ ਦੇ ਨਾਲ ਦਾਸ ਦੀ ਉਡੀਕ ਵਿੱਚ ਖੜੇ ਸਨ ਦਾਸ ਉਹਨਾਂ ਨਾਲ ਜਾਣ ਲਈ ਕਾਰ ਵਿੱਚ ਬੈਠਾ ਸੀ ਕਿ ਬੜੀ ਪਿਆਰੀ ਡੀਲਡੋਲ ਅਤੇ ਮਨਮੋਣੀ ਸ਼ਕਲ ਵਾਲਾ ਚਿੱਟ ਕੱਪੜਿਆ ਸਿੱਖ ਨੌਜਵਾਨ ਦੌੜ ਕੇ ਦਾਸ ਕੋਲ ਆ ਪੁੱਜਾ ਅਤੇ ਬੜੀ ਨਿਮਰਤਾ ਨਾਲ ਬੋਲਿਆ ਜੀ ਜਾਂਦੇ ਜਾਂਦੇ ਮੈਨੂੰ ਦਸਮ ਦਵਾਰੇ ਬਾਰੇ ਕੁਝ ਚਾਣਣਾ ਪਾ ਜਾਓ ਅਜੇ ਤਾਂ ਦਾਸ ਵੀ ਗੁਰਮਤ ਦਾ ਅਲੱੜ ਵਿਦਿਆਰਥੀ ਸੀ ਉਦੋਂ ਤੱਕ ਗੁਰਮਤ ਬਾਰੇ ਦਾਸ ਦਾ ਗਿਆਨ ਅੱਜ ਦੇ ਟਾਕਰੇ ਤੇ ਬੜਾ ਘੱਟ ਸੀ ਅਚਨਚੇਤ ਦਸਮ ਦਵਾਰ ਬਾਰੇ ਅਜਿਹਾ ਪ੍ਰਸ਼ਨ ਦਾਸ ਦੇ ਪੈਰਾਂ ਹੇਠੋਂ ਜਿਵੇਂ ਧਰਤੀ ਖਿਸਕ ਚੱਲੀ ਹੋਵੇ ਬੜਾ ਭਰੋਸਾ ਸੀ ਉਸ ਨੌਜਵਾਨ ਸਿੰਘ ਦੀਆਂ ਨਜ਼ਰਾਂ ਵਿੱਚ ਜਿਵੇਂ ਉਹ ਬੜੇ ਠੀਕ ਥਾਂ ਆਪ ਉੱਜਾ ਹੋਵੇ ਝੂਠੇ ਸਵੈਮਾਨ ਦਾ ਮਾਰਿਆ ਮੈਂ ਇਹ ਨਾ ਆਖ ਸਕਿਆ ਬੇਟਾ ਜੀ ਮੈਂ ਤਾਂ ਆਪ ਅਜੇ ਤੱਕ ਇਸ ਦਸਮ ਦੁਆਰੇ ਬਾਰੇ ਹਨੇਰੇ ਵਿੱਚ ਹਾਂ ਤੁਹਾਨੂੰ ਕੀ ਦੱਸਾਂ پارک ਵੇਖਣ ਦੀ ਕਾਲ ਵਿੱਚ ਪਿੱਛਾ ਛਡਾਉਣ ਲਈ ਉਸ ਭੋਲੇ-ਪਾਲੇ ਨਿਸ਼ਕਪਟ ਨੌਜਵਾਨ ਕੋਲੋਂ ਉਲਟਾ ਇਹ ਪੁੱਛ ਲਿਆ ਕਿ ਤੁਹਾਨੂੰ ਬਾਕੀ ਨੌ ਦਰਵਾਜ਼ਿਆਂ ਦਾ ਪਤਾ ਲੱਗ ਚੁੱਕਾ ਹੈ ਜੋ ਦਸਵੇਂ ਦੀ ਗੱਲ ਪੁੱਛਣ ਆ ਗਏ ਹੋ ਉਹ ਵਿਚਾਰਾ ਨਿਰਉਤਰ ਜਿਹਾ ਹੋ ਗਿਆ ਤੇ ਘਾਰ ਤੁਰ ਪਈ ਪਰ ਉਸ ਨੌਜਵਾਨ ਦਾ ਹੈਰਾਨ ਹੋਇਆ ਮੁਖੜਾ ਅੱਜ ਵੀ ਅੱਖੀਆਂ ਅੱਗੋਂ ਨਹੀਂ ਹਟਿਆ ਪਹਿਲਾਂ ਉਹਨਾਂ ਜਪਾ ਤਪਾਂ ਤੋਂ ਰਿਸ਼ੀਆਂ ਮੁਨੀਆਂ ਦੇ ਜਾਂ ਹੋਰ ਕਥਤ ਮਹਾਪੁਰਖਾਂ ਦੇ ਦਸਮ ਦਵਾਰੇ ਖੁੱਲਣ ਦੀਆਂ ਗੁਰਮਤ ਵਿਰੋਧੀ ਗੱਲਾਂ ਨੂੰ ਸੱਚ ਮੰਨੀ ਗਿਆ ਜਿਨ੍ਹਾਂ ਜਪਾ ਤਪਾਂ ਆਦ ਹੱਠ ਕਰਮਾਂ ਨੂੰ ਸਤਗੁਰੂ ਜੀ ਨੇ ਬ੍ਰਾਹਮਣੀ ਲੋਟ ਨੀਤੀ ਦੀ ਉਪਜ ਕੇਵਲ ਫੋਕੜ ਦਾ ਮਾਇਆ ਜਾਲ ਹੀ ਫਰਮਾਨ ਕੀਤਾ ਹੋਇਆ ਹੈ ਉਹਨਾਂ ਤੋਂ ਦਸਮ ਦਵਾਰ ਖੁੱਲਣ ਤੇ ਗੁਰਮਤ ਵਿਰੋਧੀ ਵਿਸ਼ਵਾਸ ਬਣਾ ਬਹਿਣ ਦਾ ਪਾਪ ਅਤੇ ਹੁਣ ਦੁਬਈ ਵਿਖੇ ਜਿੱਥੇ ਸੰਗਤਾਂ ਨੇ ਬੜੀ ਸ਼ਰਧਾ ਨਾਲ ਬੁਲਾਇਆ ਸੀ ਉੱਥੇ ਪੁੱਜੇ ਹੋਏ ਨੇ ਸੁਣੀਆਂ ਸੁਣਾਈਆਂ ਗੱਲਾਂ ਤੋਂ ਕਿ ਸਖਤ ਗਰਮ ਰੇਤ ਦੇ ਸਮੁੰਦਰ ਵਿੱਚ ਹਰੇ ਭਰੇ ਘਾਹ ਨਾਲ ਟੱਕੇ ਫੁੱਲਾਂ ਦੀਆਂ ਕਿਆਰਿਆਂ ਦੇ ਨਾਲ ਰੰਗਾ ਰੰਗ ਫੁੱਲਾਂ ਫਲਾਂ ਨਾਲ ਲੱਦੇ ਹਰੇ ਭਰੇ ਰੁੱਖਾਂ ਦੇ ਫੋਕੇ ਮਾਇਆਸ਼ਾਲ ਰੂਪੀ ਨਜ਼ਾਰੇ ਮੰਦੀਆਂ ਅੱਖੀਆਂ ਅੱਗੇ ਫਿਰਨ ਲੱਗ ਪੈਣ ਤੋਂ ਇੱਕ ਨਿਸ਼ਕਪਟ ਸ਼ਰਧਾਲੂ ਗੁਰਸਿੱਖ ਨੌਜਵਾਨ ਕੋਲ ਕੁਝ ਸਮਾਂ اٹਕ ਕੇ ਆਪਣੀ ਅਗਿਆਨਤਾ ਵਾਲੀ ਸਚਾਈ ਪ੍ਰਗਟਨਾ ਕਰ ਸਕਿਆ ਪ੍ਰਤੱਖ ਹੋ ਦਿਸਿਆ ਹੈ ਕਿ ਗੁਰਮਤ ਤੋਂ ਅਗਿਆਨਤਾ ਹੀ ਮਨੁੱਖ ਨੂੰ ਫੋਕਟ ਕਰਮ ਕਾਂਡਾਂ ਵਿੱਚ ਫਸਾਉਣ ਦਾ ਮੁੱਖ ਕਾਰਨ ਹੈ ਅਗਿਆਨੀ ਅੰਦਾ ਬਹੁ ਕਰਮ ਦਿਰੜਾਏ ਮਨ ਹਠ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਣ ਲੱਭ ਲੋਭ ਕਮਾਵੇ ਦੁਰਮਤਕਾ ਦੁਰਾਹ ਹੈ ਪੰਨਾ 1055 ਹੋਇਆ ਵਿਸਰਿਆ 5-6 ਸਾਲ ਪੁਰਾਣਾ ਅਤੀਤ ਅੱਜ ਵੀ ਯਾਦ ਵਿੱਚ ਅਵਸੋਂ ਆ ਟਿਕਦਾ ਹੈ ਤੇ ਆਪਣੇ ਆਪ ਤੋਂ ਕਿਣਾਵਣੀ ਸ਼ਰਮ ਆਉਣ ਲੱਗ ਪੈਂਦੀ ਹੈ ਗੁਰਮਤ ਦੇ ਸਿਧਾਂਤਾਂ ਤੋਂ ਕਿੱਡਾ ਭੁੱਲੜ ਸਾਂ ਉਹ ਸਮੇਂ ਤਾਂ ਹੀ ਕਿ ਜਪਾ ਤਪਾ ਵਿੱਚ ਰੁੱਝੀਆਂ ਦੀਆਂ ਗੁਰਮਤ ਵਿਰੋਧੀ ਕਰਤੂਤਾ ਗੁਣ ਹੋਦੇ ਸੀ ਉਹਨਾਂ ਪਖੰਡੀ ਕਥਤ ਰਿਸ਼ੀਆਂ ਮੁਨੀਆਂ ਜਾਂ ਸਾਧ ਡੇਰਾਵਾਦੀਆਂ ਤੋਂ ਡਰਾਨੇ ਸਤਿਗੁਰ ਬਚਨ ਐਸੇ ਲੋਗਨ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਨੇ ਰਹੀਏ ਰਹਿਣ ਦੇ ਥਾਂ ਮਹਾਪੁਰਖ ਮੰਨ ਕੇ ਉਹਨਾਂ ਪ੍ਰਤੀ ਆਪਣੇ ਹਿਰਦੇ ਵਿੱਚ ਸਤਕਾਰ ਬਣਾ ਬੈਠਾ ਕੁਦਰਤ ਵੱਲੋਂ ਪ੍ਰਾਪਤ ਗੁਪਤ ਰੱਖਿਆ ਦਸਮ ਦੁਆਰਾ ਖੁੱਲਣ ਤੇ ਪਰਮਾਤਮਾ ਦੇ ਦਰਸ਼ਨਾਂ ਵਾਲੀ ਗੱਲ ਤਾਂ ਚਲੋ ਵੱਡੀ ਕਠਿਨ ਸਮੱਸਿਆ ਹੋਵੇਗੀ ਪਰੇ ਦਸਮ ਦੁਆਰਾ ਅਸਲ ਵਿੱਚ ਹੈ ਕਿ ਇਸ ਗੱਲ ਦਾ ਪਤਾ ਭਲਾ ਕਿਉਂ ਨਾ ਲੱਗੇ ਪੱਕਾ ਮਨ ਬਣਾ ਲਿਆ ਕਿ 부ਜਾਰਤ ਬਣੇ ਇਸ ਦਸਮ ਦੁਆਰੇ ਦੀ ਅਸਲੀਅਤ ਬਾਰੇ ਜ਼ਰੂਰੀ ਪੜਤਾਲ ਕਰਨੀ ਹੈ ਨਿਸ਼ਚਾ ਦ੍ਰਿੜ ਤੋਂ ਦ੍ਰਿੜ ਹੁੰਦਾ ਗਿਆ ਪਰ ਹੋਰ ਕਈ ਜ਼ਰੂਰੀ ਸਮੱਸਿਆਵਾਂ ਵਿੱਚ ਉਲਝਿਆ ਰਿਹਾ ਤੇ ਇਸ ਵਕਤੋਂ ਗੁਰੂ ਬਾਣੀ ਨੂੰ ਨਾ ਕੋਖ ਸਕਿਆ ਹਿਰਦੇ ਵਿਚਲੇ ਉਸ ਨਾਸੂਰ ਦਾ ਇਲਾਜ ਲੱਭਣ ਦਾ ਯਤਨ ਨਾ ਕਰ ਸਕਿਆ ਕੇ ਮੌਦਾ ਨਗਾਰਾ ਨੇੜੇ ਤੋਂ ਨੇੜੇ ਖੜਕਦਾ ਆਉਂਦਾ ਕਾਲੀਆਂ ਪਾ ਰਿਆ ਸੀ ਪਰ ਕਾਲ ਇਹ ਵੀ ਸੀ ਕਿ ਕਿਸੇ ਤਰ੍ਹਾਂ ਗੁਰਬਿਲਾਸ ਪਾਛਈ 6ਵੀਂ ਦੀ ਲਿਖਣੀ ਆਰੰਭ ਹੋ ਚੁੱਕੀ ਗੁਰੂ ਗ੍ਰੰਥ ਰੂਪ ਸਤਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚਲੀ ਪਰਖ ਪੇਸ਼ੀ ਦੀ ਲਿਖਤੀ ਤਸਵੀਰ ਪਾਠਕਾਂ ਤੱਕ ਪਹੁੰਚਾ ਮਰਾ ਪਰ ਹੋਵੇ ਉਹ ਜੋ ਕਰਤੇ ਨੂੰ ਪਾਵੇ ਸਤਗੁਰੂ ਨਾਨਕ ਜੀ ਆਪਣੇ ਕਾਰਜ ਆਪੇ ਹੀ ਸਵਾਰ ਰਹੇ ਹਨ ਇਹ ਨਮਾਣਾ ਕੀਟ ਰੂਪ ਦਾਸਰਾ ਕੌਣ ਹੋਵੇ ਸਾਰੇ ਕੰਮ ਸਿਰੇ ਚਾੜਨ ਦੀ ਚਿੰਤਾ ਕਰਨ ਵਾਲਾ ਅਚਨਚੇਤ ਦਿੱਲੀ ਤੋਂ ਇੱਕ ਅਣਵੇਖੇ ਨੌਜਵਾਨ ਸੁਹਿਰਦ ਸੱਜਣ ਸਰਦਾਰ ਹਰਮੀਤ ਸਿੰਘ ਜੀ ਦੀ ਭੇਜੀ ਈਮੇਲ ਮਿਲੀ ਕਿ ਗੁਰਮੁਖ ਪਿਆਰੇ ਭਾਈ ਭੁਪਿੰਦਰ ਸਿੰਘ ਜੀ ਜੋ ਗੁਰਮਤ ਤੋਂ ਟੁੱਟ ਰਹੇ ਸਿੱਖ ਜਗਤ ਨੂੰ ਗੁਰੂ ਸ਼ਬਦ ਵਿਚਾਰ ਦੀ اٹਲ ਸਚਾਈ ਨਾਲ ਜੋੜਨ ਦੀ ਅਣਥੱਕ ਤੇ ਨਿਸ਼ਕਾਮ ਸੇਵਾ ਕਰ ਰਹੇ ਹਨ ਚਾਹੁੰਦੇ ਹਨ ਕੇ ਦਾਸ ਦਸਮ ਦਵਾਰ ਬਾਰੇ ਇੱਕ ਲੇਖ ਆਪਣੀ ਕਿਸੇ ਲਿਖਣ ਗੋਚਰੀ ਪੁਸਤਕ ਦਾ ਜ਼ਰੂਰੀ ਹਿੱਸਾ ਬਣਾ ਕੇ ਉਹਨਾਂ ਨੂੰ ਵੀ ਸੂਚਿਤ ਕੀਤਾ ਜਾਵੇ ਦਾਸ ਲਈ ਵੀਰ ਭੁਪਿੰਦਰ ਸਿੰਘ ਜੀ ਦੀ ਇਹ ਮੰਗ ਉਸੇ ਗੁਰਦੇਵ ਜੀ ਦਾ ਸੰਕੇਤ ਹੋਦੀ ਸੀ ਜਿਹੜੇ ਮਹਾਨ ਗੁਰੂ ਗ੍ਰੰਥ ਸਾਹਿਬ ਰੂਪ ਸਤਗੁਰੂ ਨਾਨਕ ਸਾਹਿਬ ਜੀ ਦੀਆਂ ਕਈ ਤਰ੍ਹਾਂ ਦੀਆਂ ਪੂਲ ਜਣਾ ਕਈਆਂ ਸਾਲਾਂ ਤੋਂ ਸੁਲਝਾਰੇ ਹਨ ਸਤਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠਣ ਤੋਂ ਪਹਿਲਾਂ ਮਹਾਨ ਕੋਸ਼ ਤੋਂ ਦਸਮ ਦੁਆਰ ਦੇ ਅਰਥ ਪੜੇ ਅਤੇ ਫਿਰ ਗੁਰਦੇਵ ਜੀ ਦੀ ਮਿਹਰਜੀ ਦਾ صدਕਾ ਜੋ ਕੁਝ ਪੱਲੇ ਪਿਆ ਸੁਹਿਰਦ ਪਾਠਕਾਂ ਗੁજરા ਕਰਨ ਦਾ ਯਤਨ ਕਰਦਾ ਹਾਂ ਮਹਾਨ ਕੋਸ਼ ਦੇ 616 ਸਫੇ ਤੇ ਦਸਮ ਦੁਆਰਾ ਜਾਂ ਦਸਮ ਦੁਆਰ ਦੇ ਅਰਥ ਇਸ ਪ੍ਰਕਾਰ ਲਿਖੇ ਹਨ ਸੰਗਿਆ ਦਸਮ ਦੁਆਰ ਦਿਮਾਗ ਦਸਮ ਦੁਆਰਾ ਅਗੰਮ ਅਪਾਰਾ ਲਿਖਿਆ ਹੈ ਦਸਮ ਦਵਾਰੇ ਦਾ ਅਰਥ ਦਿਮਾਗ ਲਿਖਣ ਦੇ ਨਾਲ ਹੀ ਗੁਰੂ ਬਾਣੀ ਦੀ ਪਾਵਨ ਪੰਕਤੀ ਤੋਂ ਅਨੁਭਵ ਤਾਂ ਇਹ ਹੁੰਦਾ ਹੈ ਜਿਵੇਂ ਭਾਈ ਕਾਨ ਸਿੰਘ ਜੀ ਮਨੁੱਖੀ ਦਿਮਾਗ ਨੂੰ ਵੀ ਅਗੰਮ ਅਪਾਰਾ ਹੀ ਮੰਨ ਰਹੇ ਹੋਣ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਾਉ ਰੂਪ ਫਤਵਾ ਤਾਂ ਇਹ ਹੈ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਊਚਾ ਅਗੰਮ ਅਪਾਰਾ ਪੰਨਾ 630 ਅਰਥਾਤ ਸਾਰੇ ਜੀਵਾਂ ਦਾ ਸਿਰਜਣਹਾਰ ਹੀ ਕੇਵਲ ਅਗੰਮ ਅਪਾਰਾ ਹੈ ਇਸ ਗੁਰੂ ਫਰਮਾਨ ਦੀ ਉਲੰਘਣਾ ਭਾਈ ਕਾਨ ਸਿੰਘ ਜੀ ਵਰਗੇ ਗੁਰਮਤ ਦੇ ਗਿਆਤਾ ਗੁਰਮਖ ਸੱਜਣ ਜੀ ਕਦੇ ਨਹੀਂ ਸੰਕਰ ਸਕਦੇ ਨਿਰਸੰਦੇਹ ਇਸ ਪਾਵਨ ਭਗਤੀ ਦੇ ਅਰਥ ਕੁਝ ਹੋਰ ਹਨ ਅਸਲੀਅਤ ਸਮਝਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ ਦੀ 7ਵੀਂ ਪੋਥੀ ਦੇ 277 ਸਫ਼ੇ ਤੋਂ 282 ਸਫ਼ੇ ਤੱਕ ਉਪਰੋਕਤ ਪੰਕਤੀ ਵਾਲੇ ਪੂਰੇ ਗੁਰੂ ਸ਼ਬਦ ਦੀ ਵਿਚਾਰ ਬੜੇ ਗੋਹ ਨਾਲ ਪੜੀ ਪਰ ਸਾਰੇ ਗੁਰੂ ਸ਼ਬਦ ਵਿੱਚੋਂ ਅਜੇ ਗੁਪਤ ਦੁਆਰੇ ਦੀ ਟੋ ਨਾ ਮਿਲੀ ਜੋ ਅਗੰਮ ਅਤੇ ਅਪਰ ਅਪਾਰਾ ਹੋਵੇ ਅਤੇ ਜਾਂ ਜਿਸ ਦੇ ਖੋਲਣ ਲਈ ਮਨੁੱਖ ਨੂੰ ਹੋਰ ਤਪੱਸਿਆ ਕਰਨ ਦੀ ਲੋੜ ਹੋਵੇ ਉਪਰੋਕਤ ਪੰਕਤੀ ਵਾਲੀ ਪੂਰੀ ਤੱਕ ਅਤੇ ਪਦ ਅਰਥਾਂ ਸਮੇਤ ਉਸਦੇ ਅਰਥ ਇਸ ਪ੍ਰਕਾਰ ਹਨ ਦਸ਼ਮ ਦੁਆਰਾ ਅਗੰਮ ਅਪਾਰਾ فرم ਪੁਰਖ ਕੀ ਘਾਟੀ ਉਪਰ ਹਾਟ ਹਾਟ ਪਰਿਆਲਾ ਆਲੇ ਪੀਤਰ ਥਾਤੀ ਪੰਨਾ 974 ਪਦਾਰਥ ਦਵਾਰ ਦਰਵਾਜ਼ਾ ਬੂਹਾ ਜਿਸ ਦੀ ਰਾਈ ਕਿਸੇ ਮਕਾਨ ਤੋਂ ਬਾਹਰਲੇ ਥਾਂ ਦਾ ਸਬੰਧ ਮਕਾਨ ਦੇ ਅੰਦਰਲੇ ਹਿੱਸੇ ਨਾਲ ਬਣਦਾ ਹੈ ਮਨੁੱਖਾ ਸਰੀਰ ਦੇ 10 ਦਰਵਾਜ਼ੇ ਹਨ ਜਿਨ੍ਹਾਂ ਰਾਹੀਂ ਬਾਹਰਲੇ ਪਦਾਰਥਾਂ ਦਾ ਸਬੰਧ ਸਰੀਰ ਦੇ ਅੰਦਰ ਨਾਲ ਤੇ ਅੰਦਰ ਦਾ ਬਾਰ ਨਾਲ ਬਣਦਾ ਨੌਂ ਦਰਵਾਜੇ ਤਾਂ ਜਗਤ ਨਾਲ ਸਧਾਰਨ ਸਾਂਝ ਬਣਾਉਣ ਲਈ ਹਨ ਪਰ ਦਿਮਾਗ ਇੱਕ ਐਸਾ ਦਰਵਾਜ਼ਾ ਹੈ ਜਿਸ ਦੀ ਵਰਕਤਾ ਨਾਲ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਸਕਦਾ ਕਿਉਂਕਿ ਸੋਚ ਵਿਚਾਰ ਇਸੇ ਦੁਆਰ ਦੀ ਰਾਹੀ ਹੋ ਸਕਦੀ ਹੈ ਦਸਮ ਦਵਾਰ ਸਰੀਰ ਦਾ ਦਸਵਾਂ ਬੂਹਾ ਦਰਵਾਜ਼ਾ ਦਿਮਾਗ ਅਗੰ ਅਪਹੁੰਚ ਜਿੱਥੇ ਮਨੁੱਖ ਦੀ ਪਹੁੰਚ ਨਾ ਹੋ ਸਕਦੀ ਹੋਵੇ ਅਪਰ ਅਪਾਰਾ ਪਰੇ ਤੋਂ ਪਰੇ ਜਿਸ ਦਾ ਆਦ ਅੰਤ ਨਾ ਹੋਵੇ ਪਰਮਪੁਰਖ ਅਕਾਲਪੁਰਖ ਰੱਬ ਜੀ ਘਾਟੀ ਥਾਂ ਹਾਰਟ ਹਟ ਦੁਕਾਨ ਢੰਡਾਰਾ ਆਲਾ ਵਸਤੂ ਰੱਖਣ ਲਈ ਬਣਿਆ ਸੁਰੱਖਿਤ ਲੁਕਵਾ ਟਿਕਾਣਾ ਥਾਤੀ ਰਾਸ ਪੁੰਜੀ ਥਾਤੀ ਪਾਈ ਹਰ ਹਰ ਕੋ ਨਾਮ ਨੋਟ ਮਹਾਂ ਕੋਸ਼ ਦੇ 106 ਸਫੇ ਤੇ ਆਲਾ ਪਦ ਦੇ ਅਰਥ ਆਲਾ ਤਾਕ ਤਾਕੀ ਨੰਬਰ 2 ਦਸ਼ਮ ਦਵਾਰ ਉੱਪਰ ਹਾਟ ਹਾਟ ਪਰਿਆਲਾ ਆਲੇ ਪੀਤਰ ਥਾਤੀ ਸਰੀਰ ਉੱਪਰ ਸਿਰ ਹੈ ਸਿਰ ਉੱਪਰ ਦਸੋਂ ਦੁਆਰ ਹੈ ਉਸ ਵਿੱਚ ਆਤਮਕ ਗਿਆਨ ਰੂਪੀ ਥੈਲੀ ਹੈ ਨੰਬਰ 3 ਮਾਇਆ ਜੋ ਸਾਰੇ ਪਰਪੰਛ ਦੇ ਨਿਵਾਸ ਦਾ ਆਲੇ ਘਰ ਹੈ ਆਲਾ ਤੇ ਨਿਵਾਰਨਾ ਭਗਤ ਨਾਮਦੇਵ ਜੀ ਨੰਬਰ 4 ਉਰਦੂ ਜ਼ਬਾਨ ਵਿੱਚ ਐਨ ਨਾਲ ਲਿਖਿਆ ਜਾਣ ਵਾਲਾ ਆਲਾ ਸ੍ਰੇਸ਼ਟ ਉਤਮ ਨੰਬਰ 5 ਉੱਚਾ ਬੁਲੰਦ ਤੇ ਨੰਬਰ 6 ਪਦਾਰਥ ਸੰਦ ਔਜ਼ਾਰ ਹਥਿਆਰ ਲਿਖਿਆ ਹਨ ਅਰਥ ਆਪਾਉਂਚ ਬੇਅੰਤ ਤੇ ਪਰਮਪੁਰਖ ਪ੍ਰਭੂ ਦੇ ਪ੍ਰਗਟ ਹੋਣ ਦਾ ਟਿਕਾਣਾ ਮਨੁੱਖਾ ਸਰੀਰ ਦਾ ਦਿਮਾਗ ਰੂਪ ਦਸਮਾ ਬੂਹਾ ਹੀ ਹੈ ਸਰੀਰ ਦੇ ਉਤਲੇ ਹਿੱਸੇ ਵਿੱਚ ਸਿਰ ਮੰਨੋ ਇੱਕ ਹੱਟ ਹੈ ਉਸ ਹੱਟ ਵਿੱਚ ਦਿਮਾਗ ਮੰਨੋ ਇੱਕ ਆਲਾ ਝਰੁਖਾ ਤਾਕੀ ਹੈ ਇਸ ਆਲੇ ਦੀ ਰਾਹੀਂ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ਉਪਰੋਕਤ ਅਰਥ ਪੜਨ ਤੋਂ ਪਹਿਲਾ ਪਰਮ ਤਾਂ ਇਹ ਦੂਰ ਹੋਇਆ ਕਿ ਦੁਆਰਾ ਅਗੰਮ ਅਪਾਰਾ ਨਹੀਂ ਹੈ ਸਗੋਂ ਇਹਦਾ ਸਿਰਜਣਾ ਕਰਨ ਵਾਲਾ ਅਕਾਲ ਪੁਰਖ ਹੀ ਅਗੰਮ ਅਤੇ ਅਪਰ ਅਪਾਰਾ ਹੈ ਦੂਜਾ ਪਰਮ ਉਚੇਚੀ ਵਿਧੀ ਨਾਲ ਗੁਪਤ ਟਕਾਇਆ ਸਰੀਰ ਦਾ ਕੋਈ ਵੀ ਅਜਿਹਾ ਬੰਦ ਦੁਆਰਾ ਨਹੀਂ ਹੈ ਜਿਸ ਦਾ ਖੁੱਲਣਾ ਬੜੇ ਜਪਾਂ ਤਪਾਂ ਦਾ अथवा ਕਿਸੇ ਉਚੇਚੀ ਕਰਮ ਕਾਂਡੀ ਸਾਧਨਾ ਦਾ ਮੁਤਾਜ ਹੋਵੇ ਸਤਿਗੁਰੂ ਦੇ ਸੰਕੇਤ ਮਾਤਰ ਇਸ਼ਾਰੇ ਨੂੰ ਹੀ ਰੱਬੀ ਹੁਕਮ ਮੰਨਣ ਵਾਲਿਆਂ ਗੁਰਮਖਾਂ ਲਈ ਤਾਂ ਇਹਨਾ ਲਿਖਿਆ ਹੀ ਕਾਫੀ ਹੈ ਪਰ ਕਿਉਂਕਿ ਗੁਰਮਤ ਦਾ ਸਿਧਾਂਤ ਲਿਖਣ ਲਈ ਅਸਾਂ ਪੰਜ ਗੁਰੂ ਸ਼ਬਦਾਂ ਦੀ ਵਿਚਾਰ ਦਾ ਟੀਚਾ ਮਿਥਿਆ ਹੋਇਆ ਹੈ ਇਸ ਲਈ ਅਜੇ ਹੋਰ ਸ਼ਬਦਾਂ ਦੀ ਵਿਚਾਰ ਦੀ ਲੋੜ ਹੈ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਅਨਬੋ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨ ਕਤ ਹੋ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਆਕਾਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵਜਿਓ ਤੈ ਅੰਮ੍ਰਿਤ ਨਾਮ ਚੋ ਆਇਆ ਥਾ ਤੈ ਨਾਹੀ ਮਨ ਤ੍ਰਿਸ਼ਨਾ ਬੂਜੀ ਅਖੋਟ ਪੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਅ ਘੜ ਘੜਿਓ ਰਸ ਪਾਇਆ ਥਾ ਸਹਜੇ ਆਵਾ ਸਹਜੇ ਜਾਵਾ ਸਹਜੇ ਮਨ ਖਿਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਪੰਨਾ 1002 ਅਰਥ ਮੈਂ ਕਿਤੇ ਬਾਹਰੋਂ ਤੀਥਾਂ ਜੰਗਲਾਂ ਆਗ ਤੋਂ ਭਟਕਣੋਂ ਖਲਾਸੀ ਪਾ ਲਈ ਹੈ ਕਿਉਂਕਿ ਗੁਰਦੇਵ ਜੀ ਨੇ ਮੈਨੂੰ ਮੇਰੇ ਹਿਰਦੇ ਘਰ ਵਿੱਚੋਂ ਹੀ ਪਰਮਾਤਮਾ ਦੇ ਦਰਸ਼ਨ ਕਰਾ ਦਿੱਤੇ ਹਨ ਉਸ ਦੇ ਆਚਰਜ ਰੂਪ ਦਾ ਅਜਿਹਾ ਚਲਕਾਰਾ ਮੇਰੇ ਮਨ ਵਿੱਚ ਵਜਾ ਹੈ ਕਿ ਹੁਣ ਬਾਹਰ ਭਟਕਣੋਂ ਰਹਿ ਗਿਆ ਹੈ ਮੇਰਾ ਮਨ ਆਤਮਿਕ ਅਡੋਲਤਾ ਵਿੱਚ ਟਿਕ ਗਿਆ ਹੈ ਮੈਂ ਮੋਤੀ ਲੱਭ ਲਿਆ ਮੈਂ ਪੂਰਨ ਪਰਮਾਤਮਾ ਲੱਭ ਲਿਆ ਹੈ ਭਾਈ ਇਹ ਮੋਤੀ ਬਹੁਤ ਅਮੋਲਕ ਹੈ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਮੈਨੂੰ ਤਾਂ ਇਹ ਪਰਮਾਤਮਾ ਰੂਪ ਮੋਤੀ ਗੁਰੂ ਜੀ ਨੇ ਦਿਵਾ ਦਿੱਤਾ ਹੈ ਅਗਲੀ 2 ਨੰਬਰ ਤੱਕ ਸਿੱਧੀ ਦਸ਼ਮ ਦੁਆਰੇ ਨਾਲ ਸੰਬੰਧਤ ਹੈ ਇਸ ਲਈ ਉਸ ਦੇ ਪਦ ਅਰਥਾਂ ਸਮੇਤ ਅਰਥ ਪਦ ਅਰਥ ਆदिष्ट ਇਹਨਾਂ ਅੱਖੀਆਂ ਨਾਲ ਨਾ ਦਿਸਣ ਵਾਲਾ ਨਜ਼ਰ ਨਾ ਆਉਣ ਵਾਲਾ ਅਗੋਚਰ ਗੋ ਗਿਆਨ ਇੰਦਰੇ ਚਾਰ ਪੌਂਚ ਜੋ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਮਿਲ ਸਾਧੂ ਗੁਰੂ ਨੂੰ ਮਿਲ ਕੇ ਕਥਾਇਆ ਸਿੱਖਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਅਕਤ ਜਿਹਦਾ ਮੁਕੰਮਲ ਰੂਪ ਬਿਆਨ ਤੋਂ ਪਰੇ ਹੈ ਅਨਹਦ ਬਿਨਾ ਵਜਾਇਆ ਵਜਣ ਵਾਲਾ ਇੱਕ ਰਸ ਲਗਾਤਾਰ ਸ਼ਬਦ ਵਜਿਓ ਸਿਪਤ ਸਲਾਹ ਦੀ ਬਾਣੀ ਪੂਰਾ ਪ੍ਰਭਾਵ ਪਾਉਣ ਲੱਗ ਪਈ ਦੁਆਰ ਦੁਆਰ ਵਿੱਚ ਦਸਮ ਦੁਆਰ ਦਸਵੇਂ ਦਰਵਾਜੇ ਵਿੱਚ ਦਿਮਾਗ ਵਿੱਚ ਤਹ ਉੱਥੇ ਉਸ ਦਿਮਾਗ ਵਿੱਚ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਅਰਥ ਪਰਮਾਤਮਾ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦਾ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਸ ਦਾ ਮੁਕੰਮਲ ਬਿਆਨ ਨਹੀਂ ਕੀਤਾ ਜਾ ਸਕਦਾ ਸਾਧ ਗੁਰੂ ਜੀ ਨੂੰ ਮਿਲ ਕੇ ਮੈਂ ਉਸ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ ਮੇਰੇ ਦਸਮ ਦੁਆਰ ਦਿਮਾਗ ਵਿੱਚ ਹੁਣ ਹਰ ਵੇਲੇ ਸਿਫਤ ਸਲਾਹ ਦੀ ਬਾਣੀ ਪ੍ਰਭਾਵ ਪਾ ਰਹੀ ਹੈ ਮੇਰੇ ਅੰਦਰ ਹੋਣਾ ਹਰ ਵੇਲੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਚੋਰੀਆ ਮੇਰੇ ਮਨ ਵਿੱਚ ਕਦੇ ਵੀ ਨਾਮ ਮੁਕਣ ਵਾਲੇ ਨਾਮ ਖਜ਼ਾਨੇ ਭਰੇ ਗਏ ਹਨ ਇਨਾ ਖਜ਼ਾਨਿਆਂ ਵਿੱਚ ਕਦੇ ਵੀ ਕਮੀ ਨਹੀਂ ਆ ਸਕਦੀ ਮਨ ਵਿੱਚ ਵਸ ਰਹੀ ਤ੍ਰਿਸ਼ਨਾ ਅੱਗ ਦੀ ਲਾਟ ਬੁਝ ਗਈ ਹੈ ਮੈਂ ਹਰ ਵੇਲੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਰਿਹਾ ਮੈਂ ਨਾਮ ਅੰਮ੍ਰਿਤ ਦਾ ਸਵਾਦ ਚਖ ਲਿਆ ਹੈ ਤੇ ਪਹਿਲੀ ਕੋਝੀ ਘਾੜਤ ਕਰਨ ਵਾਲਾ ਮਨ ਹੁਣ ਸੋਨਾ ਬਣ ਗਿਆ ਹੈ हे ਭਾਈ ਨਾਮ ਖਜ਼ਾਨੇ ਦੀ ਬਰਕਤ ਨਾਲ ਮੇਰਾ ਮਨ ਹਰ ਵੇਲੇ ਆਤਮਿਕ ਅਡੋਲਤਾ ਵਿੱਚ ਟਿਕ ਕੇ ਕਾਰ ਵਿਹਾਰ ਕਰ ਰਿਹਾ ਹੈ हे ਨਾਨਕ ਆਖ ਜਦੋਂ ਦੀ ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ ਤਦੋਂ ਤੋਂ ਮੈਂ ਸਦਾ ਅਥਿਰ ਟਿਕਾਣੇ ਵਾਲੇ ਹਰੀ ਚਰਨਾ ਦੇ ਵਿੱਚ ਟਿਕਾਣਾ ਲੱਭ ਲਿਆ ਹੈ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣ ਆ ਪੰਨਾ 110 ਅਰਥ ਬੇਅੰਤ ਗੁਣਾ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਅੰਦਰ ਹੀ ਵਸਦਾ ਹੈ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਦਾ ਹੋਇਆ ਜਦੋਂ ਮਨੁੱਖ ਸਦਾ ਸਿਰ ਰੱਬ ਜੀ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ ਤਾਂ ਆਪਣੇ ਅੰਦਰ ਵਸਦੇ ਪ੍ਰਭੂ ਦਾ ਦਰਸ਼ਨ ਕਰਦਾ ਹੈ ਤਦੋਂ ਮਨੁੱਖ ਨੌ ਗੋਲ ਕਾਨੀਆਂ ਵਾਸਨਾ ਤੋਂ ਉੱਚਾ ਉੱਠ ਕੇ ਦਸਵੀਂ ਦੁਆਰ ਵਿੱਚ ਭਾਵ ਵਿਚਾਰ ਮੰਡਲ ਵਿੱਚ ਜਾਦ ਰਹੇ ਕਿ ਵਿਚਾਰ ਮੰਡਲ ਕੇਵਲ ਅਤੇ ਕੇਵਲ ਦਿਮਾਗ ਹੀ ਹੈ ਸਤਿਗੁਰਾਂ ਦਾ ਸਪਸ਼ਟ ਫਰਮਾਨ ਅਕਲੀ ਸਾਹਿਬ ਸੇਵੀ ਹੈ ਅਕਲ ਨਹੀਂ ਪਾਈਏ ਮਾਨ ਕਿਸੇ ਉੱਚੇ ਚੇੇ ਕਰਾਮਾਤੀ ਦਵਾਰ ਜਾਂ ਦਰਵਾਜੇ ਦੀ ਘੜੀ ਕੜਾਈ ਅਵਸਥਾ ਪ੍ਰਾਪਤ ਹੋਣ ਨਾਲ ਨਹੀਂ ਸਗੋਂ ਦਿਮਾਗ ਨਾਲ ਕੀਤੀ ਸ਼ਬਦ ਵਿਚਾਰ ਦੇ ਆਸਰੇ ਪਹੁੰਚ ਕੇ ਵਿਕਾਰਾਂ ਵੱਲੋਂ ਖਲਾਸੀ ਪਾਉਂਦਾ ਹੈ ਤੇ ਆਪਣੇ ਅੰਦਰ ਇੱਕ ਰਸ ਸਿਪਤ ਸਲਾਹ ਦੀ ਬਾਣੀ ਦੀ ਵਿਚਾਰ ਨਾਲ ਜੁੜਦਾ ਹੈ ਪਾਉਣੇ ਪਾਣੀ ਅਗਨੀ ਕਾ ਮੇਲ ਚੰਚਲ ਚੱਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦਵਾਰ ਬੁਜਰੇ ਗਿਆਨੀ ਇਹ ਵਿਚਾਰ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਪੰਨਾ 152 ਅਰਥ ਇਹ ਭਾਈ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਅਨੁਸਾਰ ਚੱਲ ਕੇ ਆਪਣੇ ਆਤਮਿਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਉਹ ਰੱਬ ਜੀ ਹੀ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਬੋਲਣ ਵਾਲਾ ਹੈ ਸੁਣਨ ਵਾਲਾ ਹੈ ਇਹ ਆਤਮਿਕ ਜੀਵਨ ਦੀ ਸੂਝ ਵਾਲੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਇਹ ਗੱਲ ਸਮਝ ਲੈ ਕਿ ਜਦੋਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮਿਲਾਪ ਹੁੰਦਾ ਹੈ ਤਾਂ ਇਹ ਸਰੀਰ ਬਣਦਾ ਹੈ ਤੇ ਇਸ ਵਿੱਚ ਚੰਚਲ ਅਤੇ ਕਿਤੇ ਇੱਕ ਥਾਂ ਨਾ ਟਿਕਣ ਵਾਲੀ ਬੁੱਧ ਦੀ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ ਸਰੀਰ ਦੀਆਂ ਨੌ ਗੋਲਕਾਂ ਕਰਮ ਇੰਦ੍ਰੇ ਇਸ ਦੌੜ ਭੱਜ ਵਿੱਚ ਸ਼ਾਮਲ ਰਹਿੰਦੀਆਂ ਹਨ ਸਿਰਫ ਇੱਕ ਦਿਮਾਗ ਗਿਆਨ ਇੰਦਰੀ ਹੀ ਹੈ ਜਿਸ ਰਾਹੀਂ ਆਤਮਿਕ ਜੀਵਨ ਦੀ ਸੂਝ ਪੈ ਸਕਦੀ ਹੈ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾਂ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਮਿਤ ਤੇਹ ਦਾ ਅੰਤ ਨਾ ਜਾਹੀ ਪਾਇਆ ਕਹੇ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਪੰਨਾ 922 ਪਾਦਰਥ ਜਿਉ ਜਿੰਦ ਗੁਫਾ ਦੇ ਸਰੀਰ ਪਵਨ ਵਜਾਇਆ ਸਵਾਸ ਰੂਪ ਵਾਜਾ ਵਜਾਇਆ ਬੋਲਣ ਦੀ ਸ਼ਕਤੀ ਦਿੱਤੀ ਨੌ ਦਰਵਾਜੇ ਨੌ ਦਰ ਨੌ ਦਰਵਾਜੇ ਨੌ ਬੂਹੇ ਨੌ ਗੋਲਕਾਂ ਇੱਕ ਮੂਹ ਦੋ ਕੰਨ ਦੋ ਨਾਸਾਂ ਦੋ ਅੱਖਾਂ ਗੁਦਾ ਲਿੰਗ ਪ੍ਰਗਟ ਪਰਤਖ ਕੀਏ ਬਣਾਏ ਸਿਰਜਣਾ ਕੀਤੀ ਦਸਵਾਂ ਗੁਪਤ ਰਖਾਇਆ ਦਸਵਾਂ ਦਰ ਲੁਕਾ ਕੇ ਰੱਖਿਆ ਕੀਮਤੂ ਵਸਤੂ ਦੀ ਉਹ ਚੇਚੀ ਸੰਭਾਲ ਕਰਨੀ ਹੁੰਦੀ ਹੈ ਸੋ ਦਸਵੇਂ ਦਰ ਨੂੰ ਉਚੇਚੀ ਸੰਭਾਲ ਨਾਲ ਗੁਪਤ ਰੱਖਣ ਦਾ ਅਰਥ ਸਰੀਰ ਦਾ ਸਭ ਤੋਂ ਜ਼ਰੂਰੀ ਅਤੇ ਕੀਮਤੀ ਇੰਦਰਾ ਜਾਂ ਬੜਾ ਵੱਡਾ ਲਾਹੇਵੰਦ ਅੰਗ ਦਸਵਾਂ ਦਵਾਰ ਭਾਵ ਦਿਮਾਗ ਹੈ ਇਸੇ ਦਿਮਾਗ ਦੁਆਰਾ ਹੀ ਮਨੁੱਖ ਸੋਚ ਵਿਚਾਰ ਕਰ ਸਕਦਾ ਹੈ ਸਪਸ਼ਟ ਹੈ ਕਿ ਸਤਗੁਰੂ ਜੀ ਦੀ ਅਸਲੀ ਤੇ ਕੇਵਲ ਮਾਤਰਾ ਸੇਵਾ ਗੁਰੂ ਸ਼ਬਦ ਵਿਚਾਰ ਗੁਰ ਕੀ ਸੇਵਾ ਸ਼ਬਦ ਵਿਚਾਰ ਜਾਂ ਗੁਰੂ ਦੀ ਦਸੀ ਰੱਬ ਜੀ ਦੀ ਭਗਤੀ ਗੁਰੂ ਦੀ ਸੇਵਾ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਏ ਕੇਵਲ ਅਕਲ ਦਿਮਾਗ ਹੀ ਕਰ ਸਕਦਾ ਹੈ ਅਕਲਹੀਣ ਮੂਰਖ ਮਨੁੱਖ ਅਜਿਹੀ ਸੇਵਾ ਨਹੀਂ ਕਰ ਸਕਦਾ ਨੋਟ ਸਾਰਿਆਂ ਦਸਾਂ ਦੁਆਰਿਆਂ ਵਿੱਚੋਂ ਇਹੀ ਇੱਕ ਦੁਆਰਾ ਹੈ ਜਿਸ ਦੀ ਬਦੌਲਤ ਨਵ ਜਨਮੇ ਬੱਚੇ ਨੂੰ ਪਹਿਲਾਂ ਮਾਂ ਦੇ ਥਣਾਂ ਵਿੱਚੋਂ ਦੁੱਧ ਚੁੰਘਣ ਦੀ ਸੋਝੀ ਆਉਂਦੀ ਹੈ ਮਾਤਾ ਦੀ ਪਛਾਣ ਦੇ ਨਾਲ ਹੌਲੀ ਹੌਲੀ ਪਿਤਾ ਦੀ ਅਤੇ ਬਾਕੀ ਪਰਿਵਾਰ ਦੇ ਨਾਲ ਸਾਰੇ ਸੰਸਾਰ ਨਾਲ ਸਾਂਝ ਮੋਹ ਬਣਦਾ ਜਾਂਦਾ ਹੈ ਦਸਵੇਂ ਦੁਆਰ ਭਾਵ ਦਿਮਾਗ ਵਿੱਚ ਖਰਾਬੀ ਲੈ ਕੇ ਜੰਮਿਆ ਬੱਚਾ ਮਾਸ ਦਾ ਇਹ ਅਹਲ ਲੋਥੜਾ ਬਣਿਆ ਡਾਕਟਰਾਂ ਦੀਆਂ ਮਸ਼ੀਨਾਂ ਦੇ ਆਸਰੇ ਜੂਕੇ ਸੰਸਾਰ ਤੋਂ ਤੁਰਦਾ ਬਣਦਾ ਹੈ ਕੇਵਲ ਅਤੇ ਕੇਵਲ ਇਹੀ ਦੁਆਰ ਹੈ ਜਿਸ ਤੋਂ ਗੁਰੂ ਨਾਲ ਭਾਵਨੀ ਸ਼ਰਧਾ ਬਣਦੀ ਹੈ ਤੇ ਫਿਰ ਸਤਿਗੁਰੂ ਦੀਆਂ ਮਿਹਰਾਂ ਨਾਲ ਪ੍ਰਭੂ ਦੀ ਪਛਾਣ ਆਉਂਦੀ ਹੈ ਤਦੇ ਹੀ ਤਾਂ ਗੁਰਦੇਵ ਜੀ ਦੀ ਮੁਬਾਰਕ ਜ਼ਬਾਨ ਤੋਂ ਇਹ ਮਾਹਵਾਕ ਪ੍ਰਗਟ ਹੋਇਆ ਰਾਮ ਹਮ ਸਤਗੁਰ ਪਾਰ ਬ੍ਰਹਮ ਕਰਮਾਨੇ ਹਮ ਮੂੜ ਮੁਗਦ ਅਸ਼ੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਜਿਉਂ-ਜਿਉਂ ਉਸਦੀ ਵਡਿਆਈਆਂ ਦੇ ਵਿਚਾਰ ਨਾਲ ਇਹ ਦਿਮਾਗ ਪ੍ਰਕਾਸ਼ਮਨ ਹੁੰਦਾ ਜਾਂਦਾ ਹੈ ਰੱਬ ਜੀ ਦੇ ਨਾਲ ਨੇੜਤਾ ਇੱਕ ਸੁਰਤਾ ਬਣਦੀ ਜਾਂਦੀ ਏਸੇ ਦੁਆਰੇ ਦੀ ਬਰਕਤ ਨਾਲ ਕੋਈ ਭਾਗਾ ਵਾਲਾ ਉਸ ਨਰੰਜਨ ਦੇ ਨਾਮ ਰੰਗ ਵਿੱਚ ਰੰਗਿਆ ਜਾ ਕੇ ਉਸ ਦਾ ਹੀ ਰੂਪ ਬਣ ਜਾਂਦਾ ਹੈ ਜੋ ਮਨ ਨਾਮ ਨਿਰੰਜਨ ਰਤਾ ਨਾਨਕ ਸੋਈ ਪੁਰਖ ਵਿਦਾਤਾ ਪੰਨਾ 943 ਇਸ ਦਸਵੇਂ ਦੁਆਰ ਤੋਂ ਬਿਨਾਂ ਸਾਰਾ ਸਰੀਰ ਹੀ ਅਰਥਹੀਨ ਬਣ ਕੇ ਰਹਿ ਜਾਂਦਾ ਹੈ ਦਿਮਾਗ ਆਪਣੀ ਕਿਰਿਆ ਤੋਂ ਢਿੱਲਾ ਪਿਆ ਤਾਂ ਸਰੀਰ ਪਾਗਲਖਾਨੇ ਪਹੁੰਚਾ ਦਿੱਤਾ ਗਿਆ ਬੁੱਧੀ ਮਨ ਹਿਰਦਾ ਸੁਰਤ ਸੋਚ ਵਿਚਾਰ ਖੋਜ ਸਭ ਕੁਝ ਦਸਵੇਂ ਦੁਆਰ ਦੀ ਦੇਣ ਹੈ ਭਾਵਨੀ ਸ਼ਰਦਾ ਪ੍ਰੇਮ ਨਿਧ ਖਜ਼ਾਨਾ ਅਰਥ ਪਰਮਾਤਮਾ ਨੇ ਜਿੰਦ ਨੂੰ ਸਰੀਰ ਗੁਫਾ ਵਿੱਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ ਸਰੀਰ ਰੂਪ ਹਵਾ ਦੇ ਵਾਜ਼ੇ ਨੂੰ ਬੋਲਣ ਦੀ ਸ਼ਕਤੀ ਦਿੱਤੀ ਨੱਕ ਕੰਨ ਆਦਕ ਨੌ ਕਰਮ ਇੰਦਰੀਆਂ ਪ੍ਰਤੱਖ ਤੌਰ ਤੇ ਬਣਾਈਆਂ ਦਸਵੇਂ ਦਰ ਦਿਮਾਗ ਇੰਦਰੀ ਨੂੰ ਲੁਕਮਾ ਖੋਪੜੀ ਦੇ ਮਜਬੂਤ ਪਰਦੇ ਵਿੱਚ ਰੱਖਿਆ ਹੈ ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਘਰ ਤੇ ਅਪੜਾ ਕੇ ਆਪਣੇ ਨਾਮ ਦੀ ਸ਼ਰਧਾ ਬਖਸ਼ੀ ਉਹਨਾਂ ਨੂੰ ਦਸਮਾ ਦੁਬਾਰਾ ਵੀ ਦਿਖਾ ਦਿੱਤਾ ਉਹਨਾਂ ਨੂੰ ਸਿਮਰਨ ਦੀ ਵਿਚਾਰ ਸਤਿਆ ਵੀ ਦੇ ਦਿੱਤੀ ਜੋ ਆਤਮਿਕ ਆਨੰਦ ਦਾ ਮੂਲ ਹੈ ਉਸ ਅਵਸਥਾ ਵਿੱਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿੱਚ ਵਿਆਪਕ ਪ੍ਰਭੂ ਦਾ ਉਹ ਨਾਮ ਰੂਪ ਨੌ ਖਜ਼ਾਨਿਆਂ ਦਾ ਭੰਡਾਰ ਵੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ ਜੋ ਕਦੇ ਮੁੱਕਦਾ ਨਹੀਂ ਨਾਨਕ ਆਖਦਾ ਹੈ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ ਗੁਫਾ ਵਿੱਚ ਟਿਕਾ ਕੇ ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ ਸੂਝਵਾਨ ਗੁਰਮਖਾਂ ਲਈ ਇਹ ਸਮਝਣ ਵਿੱਚ ਕੋਈ ਕਸਰ ਨਹੀਂ ਰਹੀ ਕਿ ਦਸਮ ਦੁਆਰਾ ਕੋਈ ਅਵਸਥਾ ਨਹੀਂ ਹੈ ਸਗੋਂ ਬਾਕੀ ਨੌ ਇੰਦਰੀਆਂ ਦੀ ਸਰਦਾਰ ਰੂਪ ਇੱਕ ਇੰਦਰੀ ਹੀ ਹੈ ਇਸ ਨੂੰ ਜਪ ਤਪ ਤੋਂ ਪ੍ਰਾਪਤ ਹੋਣ ਵਾਲੀ ਅਵਸਥਾ ਦਰਸਾਉਂਦੇ ਰਹਿਣ ਵਾਲੇ ਇੱਕ ਅਤਿ ਮਹਾਪੁਰਖ ਆਪਣਾ ਪਖੰਡੀ ਦੇਹਰੇਦਾਰ ਨਿਰਸੰਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਲੁਟੇਰੇ ਧਰਮ ਆਗੂਆਂ ਨੇ ਸੈਂਕੜੇ ਸਾਲਾਂ ਤੋਂ ਝੂਠ ਦਾ ਜੋ ਬੜਾ ਮੋਟਾ ਪਰਦਾ ਤਾਣ ਰੱਖਿਆ ਹੈ ਸੁਜਾਨ ਸਤਗੁਰੂ ਜੀ ਨੇ ਦਸਮ ਦਵਾਰ ਨੂੰ ਸਪਸ਼ਟ ਤੌਰ ਤੇ ਬਾਕੀ ਨੌ ਇੰਦਰੀਆਂ ਰਾਹੀਂ ਦਸਵੀਂ ਇੰਦਰੀ ਹੀ ਦਰਸਾਇਆ ਹੋਇਆ ਜਾਂ ਦਸਵੇਂ ਦਵਾਰੇ ਨੂੰ ਅੱਡੇ ਜਾਂ ਗੁਪਤ ਨਹੀਂ ਸਗੋਂ ਸਰੀਰ ਨੂੰ ਲੱਗੇ ਦਵਾਰਿਆਂ ਦੀ ਗਿਣਤੀ ਵਿੱਚ ਦਸੇ ਦਵਾਰੇ ਇੱਕਸਾਰ ਦਰਸਾਏ ਹੋਏ ਹਨ ਕਈਆਂ ਗੁਰੂ ਸ਼ਬਦਾਂ ਵਿੱਚੋਂ ਉਦਾਹਰਨਾ ਵਜੋਂ ਕੇਵਲ ਪੰਜ ਗੁਰੂ ਫਰਮਾਨ ਨੌਵੀਂ ਨੇਮ ਸੱਚ ਜੇ ਕਰੇ ਕਾਮ ਕ੍ਰੋਧ ਤ੍ਰਿਸ਼ਨਾ ਉਚਰੇ ਦਸਵੀਂ ਦਸੇ ਦਵਾਰ ਜੇ ਠਾਕੈ 81 ਏਕ ਕਰ ਜਾਣੈ 82 ਪੰਜ ਬਸਕਤ ਕਰ ਰੱਖੈ ਤੋ ਨਾਨਕ ਮਨ ਮਾਨੈ ਐਸਾ ਵਰਤ ਰਹੀ ਜੇ ਪਾण्डे ਹੋਰ ਬਹੁਤ ਸਿੱਖ ਕਿਆ ਦੀਜੈ ਪੰਨਾ 1246 ਅਰਥ ਜੇ ਮਨੁੱਖ ਸੱਚ ਨਾਲ ਜੁੜੇ ਰਹਿਣ ਦਾ ਵਰਤ ਧਾਰਨ ਕਰਨ ਦੇ ਨੇਮ ਨੂੰ ਨੌਵੀਂ ਦਾ ਵਰਤ ਬਣਾਏ ਕਾਮ ਕ੍ਰੋਧ ਤੇ ਲਾਲਚ ਨੂੰ ਚੰਗੀ ਤਾਂ ਦੂਰ ਕਰ ਲਏ ਜੇ ਦਸਾਂ ਹੀ ਇੰਦਰੀਆਂ ਨੌ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਇਹਨਾਂ ਦਸਾਂ ਹੀ ਦੁਆਰਿਆਂ ਨੂੰ ਵਿਕਾਰਾਂ ਵੱਲੋਂ ਰੋਕ ਰੱਖੇ ਇਸ ਉਦਮ ਨੂੰ ਦਸਵੀਂ ਥਿਤ ਦਾ ਵਰਤ ਬਣਾਏ ਇੱਕ ਪਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ ਇਹ ਉਸ ਦਾ ਇਕਾਸੀ ਦਾ ਵਰਤ ਹੋਵੇ। हे ਨਾਨਕ ਮਨ ਪਸੀਜ ਜਾਂਦਾ ਹੈ। हे ਪੰਡਤ ਜੇ ਇਹੋ ਜਿਹਾ ਵਰਤ ਨਿਭਾ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ। ਬ੍ਰਾਹਮਣੀ ਸਿੱਖਿਆ ਦੇ ਅਸਰ ਹੇਠ ਭਾਰਤੀ ਜਨਤਾ ਦੇ ਮਨਾਂ ਨੇ ਦਸਮ ਦਵਾਰੇ ਬਾਰੇ ਕਿਉਂਕਿ ਬੜਾ ਡੂੰਘਾ ਪ੍ਰਭਾਵ ਕਬੂਲਿਆ ਹੋਇਆ ਸੀ ਉਸ ਨੂੰ ਦੂਰ ਕਰਨ ਲਈ ਉਹਨਾਂ ਦੇ ਹੀ ਵਿਸ਼ਵਾਸ ਅਨੁਸਾਰ ਦਸਮ ਦਵਾਰ ਦਾ ਜ਼ਿਕਰ ਕਰਦੇ ਆਂ। ਬੜੇ ਸੂਖਸ਼ਮ ਤਰੀਕੇ ਨਾਲ ਉਸ ਵਿਪਰੀ ਭਰਮ ਦੀ ਖੰਡਨਾ ਕਰਨੀ ਆਰੰਭ ਕੀਤੀ ਜਿਉਂ-ਜਿਉਂ ਲੋਕਾਂ ਦੇ ਮਨਾਂ ਵਿੱਚੋਂ ਅਗਿਆਨਤਾ ਦੀ ਧੁੰਦ ਮਿਟਦੀ ਗਈ ਸਤਿਗੁਰ ਜੀ ਨੇ ਪ੍ਰਾਣਿਕ ਭਰਮਾਂ ਦਾ ਸਪਸ਼ਟ ਸ਼ਬਦਾਂ ਵਿੱਚ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸਪਸ਼ਟ ਨਜ਼ਰੀ ਆ ਰਿਹਾ ਹੈ ਹੁਕਮ ਸੰਜੋਗੀ ਗੜ ਦਸਮ ਦਵਾਰ ਪੰਜ ਵਸੈ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਾਨਕ ਨਾਮ ਸਵਾਰਣ ਹਾ ਪੰਨਾ 152 ਅਰਥ ਪ੍ਰਭੂ ਦੇ ਹੁਕਮ ਵਿੱਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਸੰਤ ਜਨ ਅਪਾਰ ਪ੍ਰਭੂ ਦੀ ਜੋਤ ਨਾਲ ਮਿਲ ਕੇ ਇਸ 10 ਦਿਵਾਰੀ ਭਵਨੋਂ ਪ੍ਰਗਟ ਤੇ ਇੱਕ ਦਿਮਾਗ ਗੁਪਤ ਦਸਵਾਂ ਸਰੀਰ ਕਿਲੇ ਵਿੱਚ ਵਸਦੇ ਹਨ ਕਾਮ ਕ੍ਰੋਧ ਆਦਕ ਕੋਈ ਵਿਕਾਰ ਇਸ ਕਿਲੇ ਵਿੱਚ ਇਹਨਾਂ ਉੱਤੇ ਝੋਟ ਨਹੀਂ ਕਰਦਾ ਉਹਨਾਂ ਦੇ ਅੰਦਰ ਪ੍ਰਭੂ ਆਪ ਨਾਮ ਵਖਰ ਬਣ ਕੇ ਬਣਜਿਆ ਜਾ ਰਿਹਾ ਹੈ ਤੇ ਹੀ ਨਾਨਕ ਉਹਨਾਂ ਗੁਰਮਖਾਂ ਨੂੰ ਆਪਣੇ ਨਾਮ ਵਿੱਚ ਜੋੜ ਕੇ ਆਪ ਹੀ ਉਹਨਾਂ ਦਾ ਜੀਵਨ ਸੁਚੱਜਾ ਬਣਾਉਂਦਾ ਹੈ ਕਬੀਰ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਸਭ ਕੁਝ ਤੂੰ ਆਪ ਹੀ ਆਪ ਹੈ ਸਤਿਗੁਰਾਂ ਨੇ ਉਸ ਗੁਪਤ ਰਖਾਏ ਦੁਆਰੇ ਨੂੰ ਵੀ ਬਾਕੀ ਨੌ ਦੁਆਰਿਆਂ ਦੇ ਵਿੱਚ ਹੀ ਸ਼ਾਮਲ ਦਰਸਾ ਕੇ ਆਪਣਾ ਅਸਲ ਭਾਵ ਸਪਸ਼ਟ ਕਰ ਦਿੰਦਾ ਹੈ ਦਸਵੇਂ ਦੁਆਰ ਦਾ ਖੋਲਣਾ ਕਿਸੇ ਜਪ ਤਪ ਦਾ ਮੁਤਾਜ ਨਹੀਂ ਹੈ ਗੁਰ ਕਾ ਸ਼ਬਦ ਰਿਦ ਅੰਤਰ ਧਾਰੇ ਪੰਜ ਜਨਾ ਸਿਓ ਸੰਗ ਨਿਵਾਰੇ ਦਸ ਇੰਦਰੀ ਕਰ ਰਾਖੈ ਵਾਸ ਤਾਂ ਕਿ ਆਤਮੇ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾਂ ਕੈ ਹੋਏ ਜਪ ਕੋ ਦਇਆ ਮਇਆ ਪ੍ਰਭ ਸੋਏ ਪੰਨਾ 236 ਅਰਥ हे ਭਾਈ ਜਿਸ ਮਨੁੱਖ ਹੋ ਤੈ ਉਸ ਪਰਮਾਤਮਾ ਦੀ ਦਇਆ ਹੁੰਦੀ ਹੈ ਕਿਰਪਾ ਹੁੰਦੀ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਅਜਿਹਾ ਆਤਮਕ ਬਲ ਪੈਦਾ ਹੁੰਦਾ ਹੈ ਉਹ ਮਨੁੱਖ ਆਪਣੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਾਉਂਦਾ ਹੈ ਕਾਮ ਆਦਿਕ ਪੰਜਾਂ ਨਾਲੋਂ ਆਪਣਾ ਸਾਥ ਹਟਾ ਲੈਂਦਾ ਹੈ ਦਸਾਂ ਹੀ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ ਤੇ ਉਸ ਦੇ ਆਤਮੇ ਵਿੱਚ ਚਾਨਣ ਹੋ ਜਾਂਦਾ ਹੈ ਉਸ ਨੂੰ ਆਤਮਕ ਜੀਵਨ ਦੀ ਸੂਝ ਪੈ ਜਾਂਦੀ ਹੈ ਦਸ ਬੈਰਾਗਨ ਮੂਹ ਬਸ ਕੀਨੀ ਪੰਜੋਂ ਕਾਮ ਮਿਟਨਾਓ ਸੱਤਰ ਦੋਏ ਭਰੇ ਅੰਮ੍ਰਿਤ ਸਰ ਬਿਕ ਕੋ ਮਾਰ ਕਡਾਵਾਂ ਪੰਨਾ 693 10 ਬੈਰਾਗਨ ਦਿਮਾਗ ਸਮੇਤ ਆਵਾਰਾ ਹੋਈਆਂ ਫਿਰਦੀਆਂ ਦਿਮਾਗ ਅਕਲ ਮਤ ਸਮੇਤ ਦਸਾਂ ਹੀ ਇੰਦਰੀਆਂ ਨੂੰ ਮੈਂ ਵਾਸ ਵਿੱਚ ਕਰ ਲਿਆ ਹੈ ਯਾਦ ਰਹੇ ਕਿ ਮਨ ਵਾਂਗ ਮਤ ਨੂੰ ਵੀ ਗੁਰਬਾਣੀ ਵਿੱਚ ਇੱਕ ਨਾ ਟਿਕਣ ਵਾਲੀ ਪੰਖੇਰੂ ਹੀ ਲਿਖਿਆ ਹੈ ਮਿਰਤਕ ਭਏ ਦਸੇ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਕਹਿਤ ਕਬੀਰਾਂ ਜੋ ਹਰ ਤਿਆਵੈ ਜੀਵਤ ਬੰਧਨ ਤੋਰੇ ਪੰਨਾ 480 ਅਰਥ ਹੈ ਭਾਈ ਹਰ ਸਿਮਰਨ ਦੀ ਬਰਕਤ ਨਾਲ ਤੇਰੇ ਦਸੇ ਹੀ ਇੰਦਰੇ ਸਰੀਰਕ ਮੋਹ ਵੱਲੋਂ ਮਰ ਚੁੱਕੇ ਹਨ ਸਰੀਰਕ ਮੋਹ ਵੱਲੋਂ ਆਜ਼ਾਦ ਹੋ ਗਏ ਹਨ ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ ਮਿੱਤਰ ਵੀ ਛੱਡ ਦਿੱਤੇ ਹਨ ਕਬੀਰ ਆਖਦਾ ਹੈ ਜੋ ਜੋ ਵੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜਿਉਂਦਾ ਹੀ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਇਸ ਤਰ੍ਹਾਂ ਸਰੀਰ ਕਮੋਧ ਦੇ ਬੰਧਨ ਤੋੜ ਲੈਂਦਾ ਹੈ ਜਨਨੀ ਕੇਰੇ ਉਦਕ ਉਦਕਮਹਿ ਪਿੰਡ ਕੀਆ ਦਸ ਦੁਆਰਾ ਦੇਹ ਆਹਾਰ ਅਗਨ ਮੈ ਰਖੈ ਐਸਾ ਖਸਮ ਹਮਾਰਾ ਪੰਨਾ 488 ਅਰਥ ਮਾਂ ਦੇ ਪੇਟ ਦੇ ਜਲ ਵਿੱਚ ਉਸ ਪ੍ਰਭੂ ਨੇ ਸਾਡਾ 10 ਸਰੋਤਾ 10 ਦਰਵਾਜਿਆਂ ਵਾਲਾ 10 ਗੋਲਕਾਂ ਵਾਲਾ 10 ਇੰਦਰੀਆਂ ਵਾਲਾ ਜਾਂ 10 ਦੁਆਰਿਆਂ ਵਾਲਾ ਸਭ ਦਾ ਭਾਵ ਇੱਕ ਹੀ ਹੈ ਸਰੀਰ ਬਣਾ ਦਿੱਤਾ ਖੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿੱਚ ਉਹ ਸਾਡੀ ਰੱਖਿਆ ਕਰਦਾ ਹੈ ਵੇਖ हे ਮਨ ਉਹ ਸਾਡਾ ਮਾਲਕ ਕਿਹੋ ਜਿਹਾ दयालु ਹੈ ਉਪਰੋਕਤ ਸ਼ਬਦ ਵਿਚਾਰ ਤੋਂ ਨਾ ਸੁਹੇ ਫੋਕਟ ਪਰਮਾ ਦਾ ਵੇਰਵਾ ਭਾਗੂੜਾ ਮਨੁੱਖਾ ਸਰੀਰ ਵਿੱਚ ਕੋਈ ਵੀ ਅਜਿਹਾ ਗੁਪਤ ਦਵਾਰਾ ਨਹੀਂ ਹੈ ਜਿਸ ਦਾ ਖੋਲਣਾ ਕਿਸੇ ਜਪ ਤਪ ਦਾ ਮਥਾਜ ਹੋਵੇ ਭਾਗੈੜਾ ਦੂਜਾ ਪਰਮ ਕੇ ਦਸਮ ਦਵਾਰਾ ਕੋਈ ਅਵਸਥਾ ਹੈ ਜੋ ਕੇਵਲ ਸਾਧ ਰੂਪ ਕਥਤ ਮਹਾਪੁਰਖਾਂ ਨੂੰ ਪ੍ਰਾਪਤ ਹੁੰਦੀ ਆਈ ਹੈ ਗੁਰਮਤ ਅਨੁਸਾਰ ਦਸਮ ਦਵਾਰਾ ਵੀ ਬਾਕੀ ਨੌ ਇੰਦਰੀਆਂ ਵਾਂਗ ਦਸਵੀਂ ਇੰਦਰੀ ਹੀ ਹੈ ਭਾਗੀੜੀ ਮਨੁੱਖੀ ਦਿਮਾਗ ਨੂੰ ਗੁਰਮਤ ਨੇ ਗਿਣਤੀ ਦੇ ਹਿਸਾਬ ਨਾਲ ਦਸਮਾ ਦਵਾਰ ਆਖਿਆ ਹੈ ਇਸ ਵਿੱਚ ਕੋਈ ਧਾਰਮਿਕ ਵਡਿਆਈ ਲੁਕੀ ਹੋਈ ਨਹੀਂ ਹੈ ਦਸਵਾਂ ਨੰਬਰ ਛੱਟ ਹੀ ਦਸ਼ਮੇਸ਼ ਜੀ ਦੇ ਪਾਵਨ ਰੂਪ ਨਾਲ ਜਾ ਜੋੜਨਾ ਅੰਧਵਿਸ਼ਵਾਸੀਆਂ ਵਾਲੀ ਅਗਿਆਨਤਾ ਹੈ ਸਰੀਰ ਵਿੱਚ ਕੁਝ ਹਰਕਤਾਂ ਸਵੈਚਾਲਕ ਹੁੰਦੀਆਂ ਹਨ ਜਿਵੇਂ ਦਿਲ ਦੀ ਹਰਕਤ ਅਤੇ ਉਸ ਤੇ ਨਿਰਭਰ ਲਹੂ ਦਾ ਗੇੜ ਸਵਾਸ अथवा ਟੱਟੀ ਪਿਸ਼ਾਬ ਭੁੱਖ ਪਿਆਸ ਆਦਕ ਪਰ ਇੰਦਰੀਆਂ ਦੀ ਬਾਕੀ ਸਾਰੀ ਕਿਰਿਆ ਦਸਮ ਦੁਆਰੇ ਦੇ ਜਾਗਰਤ ਹੋਣ ਦਾ ਸੂਚਕ ਹੁੰਦੀ ਹੈ ਜੇ ਦਸਮ ਦੁਆਰ ਅਚੇਤ ਜਾਂ ਬੰਦ ਹੋਵੇ ਤਾਂ ਸਰੀਰ ਨਿਰਜਿੰਦ ਮਾਸ ਦਾ ਲੋਥੜਾ ਹੀ ਬਣਿਆ ਰਹਿੰਦਾ ਸੋ ਦਸਮ ਦੁਆਰਾ ਪਦਾਇਸ਼ ਤੋਂ ਹੀ ਲਗਭਗ ਹਰ ਇੱਕ ਜੀਵ ਦਾ ਖੁੱਲ ਆਉਂਦਾ ਨਵ ਜਨਮੇ ਸਵਾਸ ਲੈ ਰਹੇ ਬੱਚੇ ਦੇ ਸਰੀਰ ਵਿੱਚ ਜੇ ਜ਼ਰਾ ਜਿੰਨੀ ਹਰਕਤ ਵੀ ਨਾ ਹੋਵੇ ਤਾਂ ਸਮਝੋ ਕਿ ਉਸਦੇ ਦਸਮ ਦੁਆਰ ਵਿੱਚ ਭਾਅ ਉਸਦੇ ਦਿਮਾਗ ਵਿੱਚ ਕੋਈ ਵਿਗਨ ਹੈ ਅਸਾਂ ਵੇਖਿਆ ਹੈ ਕਿ ਜਦੋਂ ਹੀ ਸਿਆਣੇ ਡਾਕਟਰ ਨੇ ਉਸ ਨੁਕਸ ਨੂੰ ਠੀਕ ਕਰ ਲਿਆ ਬੱਚਾ ਪਹਿਲਾਂ ਰੋਇਆ ਤੇ ਫਿਰ ਰੱਬੀ ਨਿਜਮ ਅਨੁਸਾਰ ਹੀ ਬੁਰਕੜੀਆਂ ਮਾਰਨ ਲੱਗ ਪਿਆ ਸੋ ਸਾਧ ਰੂਪ ਕਥਿਤ ਮਹਾਂਪੁਰਖਾਂ ਦਾ ਇਹ ਕਹਿਣਾ ਕਿ ਦਸਵਾਂ ਦੁਆਰ ਕੇਵਲ ਉਹਨਾਂ ਜਿਹੇ ਜਪੀਆਂ ਤਪੀਆਂ ਦਾ ਹੀ ਖੁੱਲ ਸਕਦਾ ਹੈ ਇੱਕ ਕਿਣਾਵਣਾ ਕੁਫਰ ਹੈ ਬ੍ਰਾਹਮਣੀ ਵਿਸ਼ਵਾਸ ਦੇ ਪ੍ਰਚਾਰਕ ਬ੍ਰਾਹਮਣੀ ਦਲਾਲਾਂ ਵਾਲੀ ਇਹ ਕਟਲ ਕਰਤੂਤ ਹੀ ਹੈ ਮਨੁੱਖੀ ਸਰੀਰ ਰੂਪ ਕਾਰਖਾਨੇ ਦਾ ਸਭ ਤੋਂ ਵੱਧ ਕੀਮਤੀ ਅੰਗ ਦਿਮਾਗ ਰੂਪ ਪੁਰਜਾ ਸਰੀਰ ਦੇ ਸਭ ਤੋਂ ਉਤਲੇ ਹਿੱਸੇ ਸਿਰ ਵਿੱਚ अथवा ਬੜੀ ਕਰੜੀ ਖੋਪੜੀ ਰੂਪ ਵਾਲੇ ਵਿੱਚ ਹੈ ਬੜੀ ਸੰਭਾਲ ਨਾਲ ਟਿਕਾ ਰੱਖਿਆ ਕਿਉਂਕਿ ਦਿਮਾਗ ਸਾਰੇ ਸਰੀਰ ਦਾ ਰਾਜਾ ਹੈ ਇਸੇ ਦੇ ਇਸ਼ਾਰੇ ਤੇ ਸਰੀਰ ਦਾ ਹਰ ਅੰਗ ਕੰਮ ਕਰਿਆ ਇਸੇ ਲਈ ਇਸ ਦਾ ਤਖਤ ਟਿਕਾਣਾ ਸਭ ਤੋਂ ਉੱਤੇ ਹੈ ਦਿਮਾਗ ਕੰਮ ਕਰਨ ਨੂੰ ਹਟਖ ਲੋਵੇ ਤਾਂ ਮਨ ਹਿਰਦਾ ਸੁਭਾਅੋ ਕਾਮ ਲੋਭ ਮੋਹ ਆਦ ਸਭ ਕੁਝ ਜਿਵੇਂ ਸਰੀਰ ਵਿੱਚੋਂ ਅਲੋਪ ਹੋ ਗਿਆ ਹੋਵੇ ਚਿੰਤਾ ਫਿਕਰ ਰੋਣਾ ਬਰਲਾਪ ਕਰਨਾ ਖੁਸ਼ੀਆਂ ਗਮੀਆਂ ਹਾਸੇ ਠੱਠੇ ਭੰਗੜੇ ਖੇੜੇ ਸਭ ਕੁਝ ਬੰਦ ਸਾਰਾ ਸਰੀਰ ਨਰਜਿੰਦ ਮਾਸ ਦਾ ਲੋਥੜਾ ਬਣ ਕੇ ਰਹਿ ਜਾਂਦਾ ਦਿਮਾਗ ਨੂੰ ਬਸੁੱਧ ਕਰਕੇ ਡਾਕਟਰ ਲੋਕ ਸਾਰੇ ਸਰੀਰ ਦੀ ਠੀਰ ਫਾੜ ਕਰਕੇ ਮੁੜ ਸਿਉਰੇ ਹੁੰਦੇ ਹਨ ਅਤੇ ਮਨੁੱਖ ਨੂੰ ਜ਼ਰਾ ਵੀ ਪਤਾ ਨਹੀਂ ਹੁੰਦਾ ਕਿ ਉਸ ਨਾਲ ਕੀ ਵਰਤ ਰਹੀ ਹੈ ਗੁਰਮਤ ਦੀ ਸੋਚਣੀ ਵਿਚਲੀ ਇਸ ਵਿਸ਼ੇਸ਼ਤਾ ਨੂੰ ਵੀ ਆਖੋ ਉਹਲੇ ਨਹੀਂ ਕਰਨਾ ਚਾਹੀਦਾ ਗੁਰਮਤ ਲਈ ਇਹ ਦਸਮਾ ਦਵਾਰ ਉਹਨਾਂ ਚਿਰ ਬੰਦ ਹੀ ਹੈ ਜਿੰਨਾ ਚਿਰ ਇਹ ਆਪਣੇ ਅਸਲੇ ਪ੍ਰਮਾਤਮਾ ਦੀ ਪਛਾਣ ਕਰਕੇ ਉਸ ਵਿੱਚ ਲੀਨ ਨਹੀਂ ਹੁੰਦਾ ਗੁਰਮਤ ਲਈ ਜੀਵਤ ਉਹੀ ਹੈ ਜੋ ਆਪਣੇ ਉਸੇ ਮੂਲ ਨਾਲ ਜੁੜ ਗਿਆ ਹੈ ਬਾਕੀ ਸਾਰਾ ਸੰਸਾਰ ਆਤਮਕ ਮੋਤੇ ਮਰਿਆਂ ਦਾ ਮੁਰਦਾ ਕਾਟ ਹੀ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੈ ਕੋਇ ਪਰਮਾਤਮਾ ਦੀਆਂ ਵਡਿਆਈਆਂ ਦੀ ਸੂਝ-ਬੂਝ ਅਤੇ ਉਸ ਪ੍ਰਤੀ ਸ਼ਰਧਾ ਬਣਾ ਕੇ ਭਗਤੀ ਭਾਵ ਦਾ ਜਾਗਰਿਤ ਹੋਣਾ ਕੁਦਰਤ ਨੇ ਸਭ ਕੁਝ ਦਿਮਾਗ ਰੂਪ ਬੁੱਧੀ ਜਾਂ ਅਕਲ ਤੇ ਹੀ ਨਿਰਭਰ ਕੀਤਾ ਹੋਇਆ ਹੈ हे ਪਾਠਕ ਸੱਜਣੋ ਇਸ ਗੁਰੂ ਫਰਮਾਨ ਨੂੰ ਇਕਾਗਰਤਾ ਨਾਲ ਪੜੋ ਤੇ ਵਿਚਾਰ ਮੰਡਲ ਵਿੱਚ ਟਕਾਓ ਤ੍ਰੇਗ ਤਿੰਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਐ ਨਾਓ ਖੇਤੀ ਜਿੰਨ ਕੀ ਉਜੜੈ ਖਲਵਾੜੇ ਕਿਆ ਥਾਓ ਸੱਚੇ ਸ਼ਰਮੈ ਬਾਹਰੇ ਅੱਗੇ ਲਹੈ ਨਾ ਦਾਦ ਅਕਲ ਇਹ ਨਾ ਆਖੀਐ ਅਕਲ ਗਵਾਹੀਐ ਬਾਦ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜਕੇ ਬੁਝੀਐ ਅਕਲੀ ਕੀਚੈ ਦਾਨ ਨਾਨਕ ਆਖੇ ਰਾਏ ਹੋਰ ਗੱਲਾਂ ਸ਼ੈਤਾਨ ਪੰਨਾ 1245 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8ਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ 18ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ